ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਆਖਿਰ ਛਤਿਆਣਾ ਦਾ ਕਿਸਾਨ ਬਲਜਿੰਦਰ ਸਿੰਘ ਕਿੱਦਾਂ ਬਣਿਆ ਦੂਜੇ ਕਿਸਾਨਾਂ ਵਾਸਤੇ ਮਿਸਾਲ। ਪਰਾਲੀ ਦਾ ਇਸ ਤਰ੍ਹਾਂ ਜੀ, ਪਹਿਲਾਂ ਸਾਨੂੰ ਦਿੱਕਤ ਆਉਂਦੀ ਸੀ ਵੀ ਸਾਧਨਾਂ ਤੋਂ ਬਿਨਾਂ, ਸਾਧਨ ਸਾਡੇ ਕੋਲ ਨਾ ਹੋਣ ਕਰਕੇ ਸਾਨੂੰ ਅੱਗ ਲਾਉਣੀ ਪੈਂਦੀ ਸੀ। ਔਰ ਜ਼ਿਮੀਂਦਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰਾ ਨੁਕਸਾਨ ਹੈ, ਪਰ ਉਹਦੇ ਵੱਸ ਦੀ ਗੱਲ ਨਹੀਂ, ਜਿਹੜੀ ਅੱਗ ਲਾਉਣੀ ਹੈ ਉਹਦੀ ਮਜਬੂਰੀ ਹੈ। ਇਸ ਕਰਕੇ ਸਾਨੂੰ ਹੁਣ ਪਿਛਲੇ ਸਾਲ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਜਿਹੜੀ NC2 ਸਕੀਮ ਦੇ ਅਧੀਨ ਅਸੀਂ ਗਰੁੱਪ ਬਣਾ ਕੇ 10 ਕਿਸਾਨਾਂ ਨੇ ਸਾਨੂੰ ਸਬਸਿਡੀ 'ਤੇ ਪ੍ਰੋਵਾਈਡ ਕਰਾਏ ਸਾਡੇ ਗੌਰਮੈਂਟ ਨੇ, ਉਹਦੇ ਨਾਲ ਅਸੀਂ ਸਿੱਧੀ ਬਿਜਾਈ ਕਰੀ ਹੈਪੀ ਸੀਡਰ ਨਾਲ ਔਰ ਜੀਰੋ ਡਰਿਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਜਿਨ੍ਹਾਂ ਨੂੰ ਆਪਣੇ ਆਲੇ ਦੁਆਲੇ ਆਪਣੇ ਵਾਤਾਵਰਣ ਦੀ ਫਿਕਰ ਹੁੰਦੀ ਹੈ, ਉਹ ਸਮਝਦੇ ਹਨ ਕਿ ਜੇਕਰ ਅਸੀਂ ਆਪਣੇ ਚੌਗਿਰਦੇ ਨੂੰ ਚੰਗਲਾ ਕਰਾਂਗੇ, ਆਪਣੇ ਚੌਗਿਰਦੇ ਨੂੰ ਗੰਧਲਾ ਕਰਾਂਗੇ ਤਾਂ ਇਸ ਦਾ ਮਾੜਾ ਅਸਰ ਵੀ ਸਭ ਤੋਂ ਪਹਿਲਾਂ ਸਾਡੇ ਤੇ ਹੀ ਹੋਵੇਗਾ ਅਤੇ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਵਾਂਗੇ। ਇਸ ਕਰਕੇ ਉਹ ਹਮੇਸ਼ਾ ਆਪਣੇ ਜਲਵਾਯੂ ਦੀ ਸੰਭਾਲ ਲਈ ਆਪਣੇ ਉਪਰਾਲੇ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਛਤਿਆਣਾ ਦਾ ਬਲਜਿੰਦਰ ਸਿੰਘ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਸਫਲ ਤਰੀਕੇ ਨਾਲ ਖੇਤੀ ਕਰ ਰਿਹਾ ਹੈ। ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਦਿਆਂ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਪਹਿਲਾਂ ਉਸ ਨੂੰ ਪਰਾਲੀ ਸਾਂਭਣ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਸੀ, ਪਰ ਪਿਛਲੇ ਸਾਲ ਉਸ ਨੇ ਆਪਣੇ ਵਰਗੇ 10 ਕਿਸਾਨਾਂ ਦਾ ਸਮੂਹ ਬਣਾ ਕੇ ਖੇਤੀ ਸੰਦ ਸਰਕਾਰ ਦੀ ਸਬਸਿਡੀ ਸਕੀਮ ਤਹਿਤ ਖਰੀਦ ਕੇ ਅਤੇ ਜਿਸ ਤੇ ਉਹਨਾਂ ਨੂੰ ਸਬਸਿਡੀ ਵੀ ਮਿਲੀ ਸੀ। ਇਹਨਾਂ ਖੇਤੀ ਸੰਦਾਂ ਨਾਲ ਬਲਜਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਦੇ ਹੋਰ ਕਿਸਾਨ ਜਿਵੇਂ ਖੁਸ਼ਹਾਲ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਆਦਿ ਨੇ ਪਰਾਲੀ ਦਾ ਨਪਟਾਰਾ ਸਹਿਜ ਤਰੀਕੇ ਨਾਲ ਕਰ ਲਿਆ। ਬਲਜਿੰਦਰ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਹੋਇਆਂ ਦੱਸਿਆ ਕਿ ਉਸ ਨੇ ਪਿਛਲੇ ਸਾਲ 25 ਏਕੜ ਵਿੱਚ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਸ ਦੀ ਭਰਪੂਰ ਫਸਲ ਹੋਈ ਸੀ ਅਤੇ ਉਸ ਦੀ ਇਸ ਵਾਰ ਝੋਨੇ ਦੀ ਫਸਲ ਵੀ ਬਹੁਤ ਚੰਗੀ ਹੈ। ਉਸ ਨੇ ਸੰਦਾਂ ਵਿੱਚ ਹੋਰ ਸੁਧਾਰ ਦੀ ਅਪੀਲ ਵੀ ਕੀਤੀ। ਇਸ ਕਿਸਾਨ ਨੇ ਹੋਰ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਦੇ ਲਈ ਵੀ ਇਹ ਸੰਦ ਕਿਰਾਏ ਤੇ ਦਿੱਤੇ ਨੇ। ਇਸ ਕਿਸਾਨ ਨੇ ਦੱਸਿਆ ਹੈ ਕਿ ਇਸ ਤਰੀਕੇ ਦੇ ਨਾਲ ਉਸ ਦਾ ਵਹਾਈਆ ਅਤੇ ਖਰਚਾ ਵੀ ਘਟਿਆ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ ਤੇ ਉੱਥੇ ਹੀ ਦੂਜੇ ਪਾਸੇ ਖਾਦ ਦੀ ਖਪਤ ਵੀ ਕਾਫੀ ਘਟ ਗਈ ਹੈ। ਬਲਜਿੰਦਰ ਸਿੰਘ ਦੇ ਅਨੁਸਾਰ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਖੁਦ ਬਿਮਾਰੀਆਂ ਸਹੇੜ ਰਹੇ ਹਾਂ। ਉਹਨਾਂ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਕਨੀਕਾਂ ਅਨੁਸਾਰ ਪਰਾਲੀ ਦਾ ਨਿਪਟਾਰਾ ਕਰਨ। ਉਹਨਾਂ ਕਿਹਾ ਕਿ ਜੇਕਰ ਇਸ ਪ੍ਰਣਾਲੀ ਦਾ ਪੂਰਾ ਵਹੀ ਖਾਤਾ ਬਣਾਇਆ ਜਾਵੇ ਤਾਂ ਪਰਾਲੀ ਨੂੰ ਨਾ ਸਾੜਨਾ ਕਿਸਾਨਾਂ ਦੇ ਲਈ ਆਰਥਿਕ ਲਾਭ ਦਾ ਸੌਦਾ ਹੋਵੇਗਾ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ, ਸਨ ਆਫ ਸਰਦਾਰ ਕੁਲਵੰਤ ਸਿੰਘ, ਸਾਬਕਾ ਸਰਪੰਚ ਪਿੰਡ ਛਤਿਆਣਾ। ਬਲਜਿੰਦਰ ਜੀ, ਤੁਸੀਂ ਜਿਹੜੀ ਖੇਤੀ ਕਰ ਰਹੇ ਹੋ ਕਿੰਨੇ ਚਿਰ ਤੋਂ ਕਰ ਰਹੇ ਹੋ ਅਤੇ ਜਿਹੜਾ ਜ਼ਹਿਰ ਆ ਉਹਦੀ ਵਰਤੋਂ ਕਿੰਨੀ ਕਰ ਰਹੇ ਹੋ? ਸਾਹਿਬ, ਇਹ ਗੱਲ ਹੈ ਜੀ, ਖੇਤੀ ਜਿਹੜੀ ਇਹ ਸਾਡਾ ਪਿਤਾ ਪੁਰਖੀ ਖੇਤਾ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ, ਔਰ ਜਿਹਦੇ ਵਿੱਚ ਅਸੀਂ ਨਵਾਂ ਤਜਰਬਾ ਇਹ ਕਰੇ ਵੇ ਸੀ, ਜ਼ਹਿਰਾਂ ਦੀ ਵਰਤੋਂ ਬਹੁਤ ਘਟਾਈ ਅੱਗੇ ਨਾਲੋਂ। ਜਿਵੇਂ ਕਿ ਆਪਦੇ ਵੱਲੋਂ ਬਣਾ ਕੇ ਜਾਂ ਲੱਸੀ ਛਿੜਕਣੀ ਜਾਂ ਕੋਈ ਹੋਰ ਜਿਹੜੇ ਆਪਣੇ ਨਿੱਤ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਹੈ ਉਹਨਾਂ 'ਚੋਂ ਵੀ ਸਾਨੂੰ ਸੁੰਡੀ ਨੂੰ ਮਾਰਨ ਵਾਸਤੇ ਔਰ ਤੇਲੇ ਨੂੰ ਮਾਰਨ ਵਾਸਤੇ ਜਿਵੇਂ ਨਿੰਮ ਹੈ, ਅੱਕ ਹੈ, ਧਤੂਰਾ ਹੈ ਜਾਂ ਇਹੋ ਜਿਹੀਆਂ ਚੀਜ਼ਾਂ ਦੀ ਅਸੀਂ ਵਰਤੋਂ ਕਰਕੇ ਜ਼ਹਿਰਾਂ ਤੋਂ ਮੁਕਤ ਖੇਤੀ ਜਿਹੜੀ ਹੈ। ਪਰਮਲ ਝੋਨਾ ਹੈ ਉਹ 'ਤੇ ਤਾਂ ਅਸੀਂ ਬਿਲਕੁਲ ਹੀ ਸਪਰੇਅ ਨਹੀਂ ਕਰੀ ਅਜੇ ਤੱਕ। ਆਹ ਜਿਹੜਾ ਬਾਸਮਤੀ ਹੈ ਇਹ 'ਤੇ ਪਹਿਲੀ ਸਪਰੇਅ ਸਾਡੀ। ਅਤੇ ਜਿਹੜਾ ਤੁਸੀਂ ਪਰਾਲੀ ਦਾ ਕੀ ਕਿਸ ਤਰ੍ਹਾਂ ਦਾ ਉਹਦਾ ਨਿਪਟਾਰਾ ਕਰਦੇ ਹੋ? ਪਰਾਲੀ ਦਾ ਇਸ ਤਰ੍ਹਾਂ ਜੀ, ਪਹਿਲਾਂ ਸਾਨੂੰ ਦਿੱਕਤ ਆਉਂਦੀ ਸੀ ਵੀ ਸਾਧਨਾਂ ਤੋਂ ਬਿਨਾਂ, ਸਾਧਨ ਸਾਡੇ ਕੋਲ ਨਾ ਹੋਣ ਕਰਕੇ ਸਾਨੂੰ ਅੱਗ ਲਾਉਣੀ ਪੈਂਦੀ ਸੀ। ਔਰ ਜ਼ਿਮੀਂਦਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰਾ ਨੁਕਸਾਨ ਹੈ, ਪਰ ਉਹਦੇ ਵੱਸ ਦੀ ਗੱਲ ਨਹੀਂ, ਜਿਹੜੀ ਅੱਗ ਲਾਉਣੀ ਹੈ ਉਹਦੀ ਮਜਬੂਰੀ ਹੈ। ਇਸ ਕਰਕੇ ਸਾਨੂੰ ਹੁਣ ਪਿਛਲੇ ਸਾਲ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਜਿਹੜੀ NC2 ਸਕੀਮ ਦੇ ਅਧੀਨ
ਅਸੀਂ ਗਰੁੱਪ ਬਣਾ ਕੇ 10 ਕਿਸਾਨਾਂ ਨੇ ਸਾਨੂੰ ਸਬਸਿਡੀ 'ਤੇ ਪ੍ਰੋਵਾਈਡ ਕਰਾਏ ਸਾਡੇ ਗੌਰਮੈਂਟ ਨੇ, ਉਹਦੇ ਨਾਲ ਅਸੀਂ ਸਿੱਧੀ ਬਿਜਾਈ ਕਰੀ ਹੈਪੀ ਸੀਡਰ ਨਾਲ ਔਰ ਜੀਰੋ ਡਰਿੱਲ, ਜਿਹਦਾ ਸਾਨੂੰ ਖਰਚੇ ਦੇ ਵਿੱਚ ਕਾਫੀ ਬਚਤ ਹੋਈ। ਅਤੇ ਝਾੜ 'ਤੇ ਕੋਈ ਫਰਕ ਪਿਆ? ਝਾੜ ਦਾ ਇਸ ਤਰ੍ਹਾਂ ਜੀ, ਕਈ ਥਾਈਂ ਝਾੜ ਬਰਾਬਰ ਆਇਆ, ਕਈ ਥਾਈਂ ਝਾੜ ਘਟਿਆ। ਉਹ ਘਟਣ ਦਾ ਕਾਰਨ ਇਹ ਹੈ ਵੀ ਜਿਹੜੇ ਹੈਪੀ ਸੀਡਰ ਹੈ, ਹੈਪੀ ਸੀਡਰ ਕੰਪਨੀਆਂ ਨੂੰ ਬੇਨਤੀ ਹੈ ਵੀ ਉਹਦਾ ਪਾੜਾ ਘੱਟ ਕਰਿਆ ਜਾਵੇ, ਪਾੜਾ ਜ਼ਿਆਦਾ ਹੋਣ ਕਾਰਨ ਉਹਦੇ ਝਾੜ ਦੇ ਵਿੱਚ ਕਟੌਤੀ ਆਈ। ਜਿਹੜੇ ਸਰਕਾਰ ਨੇ ਸੰਤ ਨੂੰ ਪ੍ਰੋਵਾਈਡ ਕੀਤੇ ਆ, ਉਹਦੇ 'ਚ ਕੁਛ ਤੁਸੀਂ ਸੁਧਾਰ ਕਰਨ ਬਾਰੇ ਕਹਿਣਾ ਚਾਹੁੰਦੇ ਹੋ? ਇਹੀ ਹੈ ਜੀ, ਇੱਕ ਤਾਂ ਸਰਕਾਰ ਨੂੰ ਇਹ ਚਾਹੀਦਾ ਵੀ ਕਿ ਜਿਹੜੀਆਂ ਗਿਣੀਆਂ ਕੁਛ ਕੁਛ ਫਰਮਾਂ ਹੀ ਆ ਜਿਨ੍ਹਾਂ ਨੂੰ ਇਹ ਲਾਇਸੈਂਸ ਦਿੱਤਾ ਗਿਆ, ਔਰ ਸੰਦੇ ਉਹ ਜਿਹੜੇ ਮਹਿੰਗੇ ਮਿਲ ਰਹੇ ਕਿਸਾਨਾਂ ਨੂੰ, ਜੇ ਉਹ ਜਿਵੇਂ ਹੋਰ ਬਹੁਤ ਵਧੀਆ ਮਿਸਤਰੀ ਹੈਗੇ ਜਿਨ੍ਹਾਂ ਕੋਲ ਉਹ ਜਿਨ੍ਹਾਂ ਦੀਆਂ ਉਹ ਰਜਿਸਟਰਡ ਨਹੀਂ ਹੈ ਫਰਮਾਂ, ਜੇ ਉਹ ਰਜਿਸਟ੍ਰੇਸ਼ਨ ਸਾਰਿਆਂ ਨੂੰ ਦਿੱਤੀ ਜਾਵੇ ਨਾਲੇ ਤਾਂ ਸੰਦੇ ਸਸਤੇ ਹੋਣ, ਨਾਲੇ ਰੁਜ਼ਗਾਰ ਹੋਰ ਦੁਕਾਨਾਂ ਵਾਲਿਆਂ ਨੂੰ ਮਿਲੇ, ਔਰ ਕਿਸਾਨ ਨੂੰ ਸਸਤਾ ਅਤੇ ਵਧੀਆ ਸੰਦਾ ਮਿਲ ਸਕੇ। ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਿਸਾਨਾਂ ਨੂੰ ਇਸ ਤਰ੍ਹਾਂ ਹੀ, ਜਿਹੜਾ ਪਰਾਲੀ ਹੈ ਹੁਣ, ਪਰਾਲੀ ਸਾਡਾ ਵਾਤਾਵਰਨ ਵੀ ਖਰਾਬ ਹੋ ਰਿਹਾ ਹੈ, ਔਰ ਬਿਮਾਰੀਆਂ ਦੀ ਭਰਮਾਰ ਹੈ, ਜਿਹੜੇ ਸਾਹ ਦੀ ਬਿਮਾਰੀ ਜਾਂ ਕੋਈ ਹੋਰ ਹੈ, ਵਾਤਾਵਰਨ ਦੂਸ਼ਿਤ ਹੋਣ ਕਾਰਨ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ, ਅਤੇ ਆਪਣੀ ਜਿਹੜੀ ਜ਼ਮੀਨੀ ਹੈ, ਜ਼ਮੀਨ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਜੇ ਪਰਾਲੀ ਨੂੰ ਅਸੀਂ ਸੰਭਾਲ ਲਈਏ, ਪਰਾਲੀ ਨੂੰ ਵਿੱਚ ਵਾਹੀਏ ਜਾਂ ਅਸੀਂ ਉਹ ਪਰਾਲੀ ਚੁੱਕ ਦਈਏ ਜਾਂ ਕਿਸੇ ਤਰ੍ਹਾਂ ਵੀ ਉਹਦਾ ਮੈਨੇਜਮੈਂਟ ਕਰੀਏ, ਤਾਂ ਉਹਦੇ ਨਾਲ ਇੱਕ ਤਾਂ ਵਾਤਾਵਰਨ ਬਚਿਆ ਰਹੇਗਾ ਔਰ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਹੱਥੀਂ ਕੰਮ ਕਰਨ 'ਚ ਤੁਸੀਂ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਅਸੀਂ ਜੀ ਕੰਮ ਤਕਰੀਬਨ ਹੱਥੀਂ ਕਰਦੇ ਹਾਂ, ਕਿਉਂ ਹੱਥੀਂ ਹੱਥੀਂ ਜਿਹੜਾ ਕੰਮ ਆਪ ਕਰ ਲੈਣਾ, ਉਹ ਕਿਸੇ ਦਾ ਕਿਰਾਇਆ ਸਾਨੂੰ ਤਸੱਲੀ ਨਹੀਂ ਆਉਂਦੀ ਕਿਸੇ। ਕਿੰਨੀ ਏਕੜ ਤੁਸੀਂ ਜਿਹੜਾ ਹੈਗਾ ਅੱਜ ਝੋਨੇ ਦੀ ਜਿਹੜੀ ਕਾਸ਼ਤ ਕਰ ਰਹੇ ਹੋ ਇਸ ਵਾਰ? ਮੇਰੇ ਕੋਲ ਇਸ ਵਾਰ 40 ਕਿੱਲੇ ਝੋਲੇ ਦੀ ਖੇਤੀ ਹੈ। ਸਾਰਾ ਬਾਸਮਤੀ ਪਰਮਲ ਅਤੇ ਪਰਮਲ ਔਰ ਬਾਸਮਤੀ, ਜਿਹਦੇ ਵਿੱਚੋਂ ਅਸੀਂ ਪਰਮਲ 'ਤੇ ਅਜੇ ਤੱਕ ਕੋਈ ਵੀ ਜ਼ਹਿਰ ਨਹੀਂ ਵਰਤਿਆ, ਨਾ ਦਾਣੇਦਾਰ ਔਰ ਨਾ ਇਨਸੈਕਟੀਸਾਈਡ। ਅਤੇ ਆ ਜਿਹੜਾ ਹੈਗਾ ਮੁੱਛਲ, ਮੁੱਛਲ ਝੋਨੇ 'ਤੇ ਸਾਡੀ ਪਹਿਲੀ ਸਪਰੇਅ ਹੈ ਜੀ। ਗੁਰਪਿਆਰਿਓ, ਅਸੀਂ ਅਕਸਰ ਵੇਖਦੇ ਹਾਂ ਕਿ ਝੋਨੇ ਦੀ ਕਟਾਈ ਤੋਂ ਬਾਅਦ ਅਤੇ ਕਣਕ ਦੀ ਕਟਾਈ ਤੋਂ ਬਾਅਦ ਅਕਸਰ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਬੇਸ਼ੱਕ ਕਣਕ ਦੀ ਕਟਾਈ ਤੋਂ ਬਾਅਦ ਪਰਾਲੀ ਘੱਟ ਸਾੜੀ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਪਰਾਲੀ ਨੂੰ ਤੂੜੀ ਦੇ ਵਿੱਚ ਤਬਦੀਲ ਕਰਕੇ ਕਿਸਾਨ ਸਾਂਭ ਲੈਂਦੇ ਨੇ, ਪਰ ਝੋਨੇ ਦੀ ਕਟਾਈ ਤੋਂ ਬਾਅਦ ਅਕਸਰ ਪਰਾਲੀਆਂ ਨੂੰ ਬਹੁਤ ਵੱਡੇ ਪੈਮਾਨੇ 'ਤੇ ਅੱਗ ਲਗਾਈ ਜਾਂਦੀ ਹੈ, ਜਿਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ, ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਆਮ ਲੋਕਾਂ ਨੂੰ ਸਹੇੜਨੀਆਂ ਪੈਂਦੀਆਂ ਨੇ। ਪਰ ਜਿਸ ਤਕਨੀਕ ਦੇ ਨਾਲ ਬਲਜਿੰਦਰ ਸਿੰਘ ਨੇ ਹਮੇਸ਼ਾ ਮੁਨਾਫਾ ਖੱਟਿਆ ਹੈ, ਦੂਸਰੇ ਕਿਸਾਨਾਂ ਨੂੰ ਵੀ ਅਜਿਹੀ ਤਕਨੀਕ ਜ਼ਰੂਰ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਚੁਗਿਰਦਾ ਸਾਫ਼ ਰੱਖ ਸਕੀਏ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ, ਸਨ ਆਫ ਸਰਦਾਰ ਕੁਲਵੰਤ ਸਿੰਘ, ਸਾਬਕਾ ਸਰਪੰਚ ਪਿੰਡ ਛੱਤਿਆਣਾ। ਬਲਜਿੰਦਰ ਜੀ, ਤੁਸੀਂ ਜਿਹੜੀ ਖੇਤੀ ਕਰ ਰਹੇ ਹੋ, ਕਿੰਨੇ ਚਿਰ ਤੋਂ ਕਰ ਰਹੇ ਹੋ ਅਤੇ ਜਿਹੜਾ ਜ਼ਹਿਰ ਆ ਉਹਦੀ ਵਰਤੋਂ ਕਿੰਨੀ ਕਰ ਰਹੇ ਹੋ? ਸਾਹਿਬ, ਇਹ ਗੱਲ ਹੈ ਜੀ, ਖੇਤੀ ਜਿਹੜੀ ਇਹ ਸਾਡਾ ਪਿਤਾ ਪੁਰਖੀ ਖੇਤਾ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ, ਔਰ ਜਿਹਦੇ ਵਿੱਚ ਅਸੀਂ ਨਵਾਂ ਤਜਰਬਾ ਇਹ ਕਰੇ ਵੇ, ਅਸੀਂ ਜ਼ਹਿਰਾਂ ਦੀ ਵਰਤੋਂ ਬਹੁਤ ਘਟਾਈ ਅੱਗੇ ਨਾਲੋਂ, ਜਿਵੇਂ ਕਿ ਆਪਦੇ ਵੱਲੋਂ ਬਣਾ ਕੇ ਜਾਂ ਲੱਸੀ ਛਿੜਕਣੀ ਜਾਂ ਕੋਈ ਹੋਰ ਜਿਹੜੇ ਆਪਣੇ ਨਿੱਤ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਹੈ, ਉਹਨਾਂ 'ਚ ਵੀ ਸਾਨੂੰ ਸੁੰਡੀ ਨੂੰ ਮਾਰਨ ਵਾਸਤੇ ਔਰ ਤੇਲੇ ਨੂੰ ਮਾਰਨ ਵਾਸਤੇ ਜਿਵੇਂ ਨਿੰਮ ਹੈ, ਅੱਕ ਹੈ, ਧਤੂਰਾ ਹੈ ਜਾਂ ਇਹੋ ਜਿਹੀਆਂ ਚੀਜ਼ਾਂ ਦੀ ਅਸੀਂ ਵਰਤੋਂ ਕਰਕੇ ਜ਼ਹਿਰਾਂ ਤੋਂ ਮੁਕਤ ਖੇਤੀ ਜਿਹੜੀ ਹੈ। ਪਰਮਲ ਝੋਨਾ ਹੈ, ਉਹ 'ਤੇ ਤਾਂ ਅਸੀਂ ਬਿਲਕੁਲ ਹੀ ਸਪਰੇਅ ਨਹੀਂ ਕਰੀ ਅਜੇ ਤੱਕ, ਆਹ ਜਿਹੜਾ ਬਾਸਮਤੀ ਹੈ ਇਹ 'ਤੇ ਪਹਿਲੀ ਸਪਰੇਅ ਹੈ ਸਾਡੀ। ਅਤੇ ਜਿਹੜਾ ਤੁਸੀਂ ਪਰਾਲੀ ਦਾ ਕੀ ਕਿਸ ਤਰ੍ਹਾਂ ਦਾ ਉਹਦਾ ਨਿਪਟਾਰਾ ਕਰਦੇ ਹੋ?
ਪਰਾਲੀ ਦਾ ਇਸ ਤਰ੍ਹਾਂ ਜੀ, ਪਹਿਲਾਂ ਸਾਨੂੰ ਦਿੱਕਤ ਆਉਂਦੀ ਸੀ ਵੀ ਸਾਧਨਾਂ ਤੋਂ ਬਿਨਾਂ, ਸਾਧਨ ਸਾਡੇ ਕੋਲ ਨਾ ਹੋਣ ਕਰਕੇ ਸਾਨੂੰ ਅੱਗ ਲਾਉਣੀ ਪੈਂਦੀ ਸੀ। ਔਰ ਜ਼ਿਮੀਂਦਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰਾ ਨੁਕਸਾਨ ਹੈ, ਪਰ ਉਹਦੇ ਵੱਸ ਦੀ ਗੱਲ ਨਹੀਂ, ਜਿਹੜੀ ਅੱਗ ਲਾਉਣੀ ਹੈ ਉਹਦੀ ਮਜਬੂਰੀ ਹੈ। ਇਸ ਕਰਕੇ ਸਾਨੂੰ ਹੁਣ ਪਿਛਲੇ ਸਾਲ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਜਿਹੜੀ NC2 ਸਕੀਮ ਦੇ ਅਧੀਨ ਅਸੀਂ ਗਰੁੱਪ ਬਣਾ ਕੇ 10 ਕਿਸਾਨਾਂ ਨੇ ਸਾਨੂੰ ਸਬਸਿਡੀ 'ਤੇ ਪ੍ਰੋਵਾਈਡ ਕਰਾਏ ਸਾਡੇ ਗੌਰਮੈਂਟ ਨੇ, ਉਹਦੇ ਨਾਲ ਅਸੀਂ ਸਿੱਧੀ ਬਿਜਾਈ ਕਰੀ ਹੈਪੀ ਸੀਡਰ ਨਾਲ ਔਰ ਜ਼ੀਰੋ ਡਰਿੱਲ, ਜਿਹਦਾ ਸਾਨੂੰ ਖਰਚੇ ਦੇ ਵਿੱਚ ਕਾਫੀ ਬਚਤ ਹੋਈ। ਅਤੇ ਝਾੜ 'ਤੇ ਕੋਈ ਫਰਕ ਪਿਆ? ਝਾੜ ਦਾ ਇਸ ਤਰ੍ਹਾਂ ਜੀ, ਕਈ ਥਾਈਂ ਝਾੜ ਬਰਾਬਰ ਆਇਆ, ਕਈ ਥਾਈਂ ਝਾੜ ਘਟਿਆ। ਉਹ ਘਟਣ ਦਾ ਕਾਰਨ ਇਹ ਹੈ ਵੀ ਜਿਹੜੇ ਹੈਪੀ ਸੀਡਰ ਹੈ, ਹੈਪੀ ਸੀਡਰ ਕੰਪਨੀਆਂ ਨੂੰ ਬੇਨਤੀ ਹੈ ਵੀ ਉਹਦਾ ਪਾੜਾ ਘੱਟ ਕਰਿਆ ਜਾਵੇ, ਪਾੜਾ ਜ਼ਿਆਦਾ ਹੋਣ ਕਾਰਨ ਉਹਦੇ ਝਾੜ ਦੇ ਵਿੱਚ ਕਟੌਤੀ ਆਈ। ਜਿਹੜੇ ਸਰਕਾਰ ਨੇ ਸੰਤ ਨੂੰ ਪ੍ਰੋਵਾਈਡ ਕੀਤੇ ਆ, ਉਹਦੇ 'ਚ ਕੁਛ ਤੁਸੀਂ ਸੁਧਾਰ ਕਰਨ ਬਾਰੇ ਕਹਿਣਾ ਚਾਹੁੰਦੇ ਹੋ? ਇਹੀ ਹੈ ਜੀ, ਇੱਕ ਤਾਂ ਸਰਕਾਰ ਨੂੰ ਇਹ ਚਾਹੀਦਾ ਵੀ ਕਿ ਜਿਹੜੀਆਂ ਗਿਣੀਆਂ ਕੁਛ ਫਰਮਾਂ ਹੀ ਆ ਜਿਨ੍ਹਾਂ ਨੂੰ ਇਹ ਲਾਇਸੈਂਸ ਦਿੱਤਾ ਗਿਆ, ਔਰ ਸੰਦੇ ਉਹ ਜਿਹੜੇ ਮਹਿੰਗੇ ਮਿਲ ਰਹੇ ਕਿਸਾਨਾਂ ਨੂੰ, ਜੇ ਉਹ ਜਿਵੇਂ ਹੋਰ ਬਹੁਤ ਵਧੀਆ ਮਿਸਤਰੀ ਹੈਗੇ ਜਿਨ੍ਹਾਂ ਕੋਲ ਉਹ ਜਿਨ੍ਹਾਂ ਦੀਆਂ ਉਹ ਰਜਿਸਟਰਡ ਨਹੀਂ ਹੈ ਫਰਮਾਂ, ਜੇ ਉਹ ਰਜਿਸਟਰੇਸ਼ਨ ਸਾਰਿਆਂ ਨੂੰ ਦਿੱਤੀ ਜਾਵੇ, ਨਾਲੇ ਤਾਂ ਸੰਦੇ ਸਸਤੇ ਹੋਣ, ਨਾਲੇ ਰੁਜ਼ਗਾਰ ਹੋਰ ਦੁਕਾਨਾਂ ਵਾਲਿਆਂ ਨੂੰ ਮਿਲੇ, ਔਰ ਕਿਸਾਨ ਨੂੰ ਸਸਤਾ ਅਤੇ ਵਧੀਆ ਸੰਦਾ ਮਿਲ ਸਕੇ। ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਿਸਾਨਾਂ ਨੂੰ ਇਸ ਤਰ੍ਹਾਂ ਹੀ, ਜਿਹੜਾ ਪਰਾਲੀ ਹੈ ਹੁਣ, ਪਰਾਲੀ ਸਾਡਾ ਵਾਤਾਵਰਨ ਵੀ ਖਰਾਬ ਹੋ ਰਿਹਾ, ਔਰ ਬਿਮਾਰੀਆਂ ਦੀ ਭਰਮਾਰ ਹੈ, ਜਿਹੜੇ ਸਾਹ ਦੀ ਬਿਮਾਰੀ ਜਾਂ ਕੋਈ ਹੋਰ ਹੈ, ਵਾਤਾਵਰਨ ਦੂਸ਼ਿਤ ਹੋਣ ਕਾਰਨ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ, ਅਤੇ ਆਪਣੀ ਜਿਹੜੀ ਜ਼ਮੀਨੀ ਹੈ, ਜ਼ਮੀਨ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਜੇ ਪਰਾਲੀ ਨੂੰ ਅਸੀਂ ਸੰਭਾਲ ਲਈਏ, ਪਰਾਲੀ ਨੂੰ ਵਿੱਚ ਵਾਹੀਏ ਜਾਂ ਅਸੀਂ ਉਹ ਪਰਾਲੀ ਚੁੱਕ ਦਈਏ ਜਾਂ ਕਿਸੇ ਤਰ੍ਹਾਂ ਵੀ ਉਹਦਾ ਮੈਨੇਜਮੈਂਟ ਕਰੀਏ, ਤਾਂ ਉਹਦੇ ਨਾਲ ਇੱਕ ਤਾਂ ਵਾਤਾਵਰਨ ਬਚਿਆ ਰਹੇਗਾ ਔਰ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਹੱਥੀਂ ਕੰਮ ਕਰਨ 'ਚ ਤੁਸੀਂ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਅਸੀਂ ਜੀ ਕੰਮ ਤਕਰੀਬਨ ਹੱਥੀਂ ਕਰਦੇ ਹਾਂ, ਕਿਉਂ ਹੱਥੀਂ ਜਿਹੜਾ ਕੰਮ ਆਪ ਕਰ ਲੈਣਾ, ਉਹ ਕਿਸੇ ਦਾ ਕਿਰਾਇਆ ਸਾਨੂੰ ਤਸੱਲੀ ਨਹੀਂ ਆਉਂਦੀ ਕਿਸੇ ਦੀ। ਕਿੰਨੀ ਏਕੜ ਤੁਸੀਂ ਜਿਹੜਾ ਹੈਗਾ ਅੱਜ ਝੋਨੇ ਦੀ ਜਿਹੜੀ ਕਾਸ਼ਤ ਕਰ ਰਹੇ ਹੋ ਇਸ ਵਾਰ? ਮੇਰੇ ਕੋਲ ਇਸ ਵਾਰ 40 ਕਿੱਲੇ ਝੋਲੇ ਦੀ ਖੇਤੀ ਹੈ। ਸਾਰਾ ਬਾਸਮਤੀ ਪਰਮਲ ਅਤੇ ਪਰਮਲ ਔਰ ਬਾਸਮਤੀ, ਜਿਹਦੇ ਵਿੱਚੋਂ ਅਸੀਂ ਪਰਮਲ 'ਤੇ ਅਜੇ ਤੱਕ ਕੋਈ ਵੀ ਜ਼ਹਿਰ ਨਹੀਂ ਵਰਤਿਆ, ਨਾ ਦਾਣੇਦਾਰ ਔਰ ਨਾ ਇਨਸੈਕਟੀਸਾਈਡ। ਅਤੇ ਆ ਜਿਹੜਾ ਹੈਗਾ ਮੁੱਛਲ ਝੋਨੇ 'ਤੇ ਸਾਡੀ ਪਹਿਲੀ ਸਪਰੇਅ ਹੈ।